जी ਕਿੱਦਾਂ ਸਾਰੇ ਸਾਰੇ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਆ ਜੀ ਤੇ ਗੱਲਾਂ ਤੁਸੀਂ ਵੀ ਸਾਂਝੇ ਸ਼ੇਅਰ ਕਰਿਓ ਕਮੈਂਟਾਂ 'ਚ ਆਪਣੇ ਵਿਚਾਰ ਦਿਓ ਮੁੱਦਾ ਹੋਈ ਜਿਹੜਾ ਕਿ ਪੰਜਾਬੀਆਂ ਕੋਲ ਉਸ ਮੁੱਦੇ ਤੋਂ ਬਿਨਾਂ ਕੋਈ ਮੁੱਦਾ ਹੈ ਨਹੀਂ ਤੇ ਨਵੇਂ ਫੋਨ 'ਚੋਂ ਵੀਡੀਓ ਅੱਜ ਲਾਈਟ ਵੀ ਘੱਟ ਪੈਂਦੀ ਹੋਣੀ ਤੁਹਾਡੇ ਤੇ ਇਸੇ ਫੋਨ 'ਚ ਲਾਈਟ ਵੱਧ ਪੈਂਦੀ ਸੀ ਤੇ ਭਾਵੇਂ ਮੇਰਾ ਰੰਗ ਵੀ ਗੋਰਾ ਹੁੰਦਾ ਸੀ ਮੈਂ ਕਿਹਾ ਕੋਈ ਨਹੀਂ ਰੰਗ ਕਾਲਾ ਆ ਜਾਵੇ ਲਾਈਟ ਘੱਟ ਪੈਣੀ ਚਾਹੀਦੀ ਤੁਹਾਡੀਆਂ ਅੱਖਾਂ 'ਚ ਅੱਜ ਥੋੜ੍ਹਾ ਠੀਕ ਆ ਤੇ ਮੁੱਦਾ ਉਹੀ ਬੇਅੰਤ ਕੌਰ ਦਾ ਹਾਂਜੀ ਭਰਾਵੋ ਉਹ ਪੰਜਾਬੀ ਉਹ ਹੱਥ ਜੋੜੇ ਆ ਦੁਨੀਆ 'ਚ ਹੋਰ ਵੀ ਬਹੁਤ ਕੁਛ ਹੋ ਰਿਹਾ ਆ ਜਰਮਨ 'ਚ ਇੰਨੇ ਹੜ੍ਹ ਆਏ ਆ ਉਹ ਕਹਿੰਦੇ 2 ਮਹੀਨੇ 'ਚ ਨਹੀਂ ਨਾ ਮੀਂਹ ਪੈਂਦਾ ਜਿੰਨਾ ਇੱਕ ਦਿਨ 'ਚ ਪੈ ਗਿਆ ਜਰਮਨ ਬੈਲਜੀਅਮ 'ਚ ਸੈਂਕੜਿਆਂ ਦੇ ਹਿਸਾਬ ਨਾਲ ਲੋਕ ਮਰ ਗਏ ਦੁਨੀਆ 'ਚ ਕੀ ਹੋ ਰਿਹਾ ਇੱਧਰ ਹੀ ਤੁਰਦੇ ਪਹਿਲਾਂ ਬੇਅੰਤ ਵਾਲੇ ਜਿਹੜੇ ਜਿਹਦੇ 'ਚ ਤੁਸੀਂ ਜ਼ਿਆਦਾ ਇੰਟਰਸਟਡ ਆ ਹੈ ਨਾ ਇੱਕ ਸਕਿੰਟ ਰੁਕੋ ਸ਼ੇਅਰ ਕਰਿਓ ਸਾਰੇ ਜਣੇ ਅਤੇ ਵਿਚਾਰ ਦਿਓ ਵੀਡੀਓ ਦੇ ਹੈ ਨਾ ਵੀ ਕੀ ਹੋ ਰਿਹਾ ਅਸੀਂ ਕੀ ਕਰ ਰਹੇ ਹਾਂ ਇੱਕ ਸਕਿੰਟ ਰੁਕ ਜਾਓ ਹਿੰਦੀ 'ਚ ਸਵਾਲ 'ਤੇ ਵੀ ਸ਼ੇਅਰ ਕਰ ਦਿਓ ਫਿਰ ਫੋਨ ਸਾਈਡ 'ਤੇ ਰੱਖ ਕੇ ਕਰਦੇ ਤੁਹਾਨੂੰ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਹੈ ਨਾ ਅਤੇ ਮੈਂ ਇੱਕ ਇੰਟਰਵਿਊ ਸੁਣੀ ਇੱਕ ਚੈਨਲ 'ਤੇ ਉਹਦੀ ਆਈ ਹੈ ਨਾ ਅਤੇ ਉਸ 'ਚ ਉਹਨੂੰ ਚੰਗੀ ਸ਼ੋਅ ਕੀਤਾ ਗਿਆ ਮੈਂ ਇੱਕ ਸਕਿੰਟ ਸੌਰੀ ਹੈ ਨਾ ਇੱਕ ਸਕਿੰਟ ਬਸ ਫਿਰ ਬੋਲਣਾ ਹੀ ਆ ਉਹ ਕਰ ਦਿਓ ਹੁਣ ਵੀ ਤੁਸੀਂ ਵੀ ਹੁਣੀ ਵੀਡੀਓ ਕਾਲ ਕਰਨੀ ਰੁਕ ਜਾਓ ਇੱਕ ਸਕਿੰਟ ਆ ਲਓ ਜੀ ਹਾਂਜੀ ਅਤੇ ਮੈਂ ਵੀਡੀਓ ਸੁਣੀ ਜੀ ਉਹ ਕੁੜੀ ਦੀ ਉਹ ਰੋ ਰੋ ਕੇ ਕਹਿ ਰਹੀ ਇੱਦਾਂ ਉੱਦਾਂ ਉਸ ਵੀਡੀਓ 'ਚ ਉਸ ਚੈਨਲ ਵਾਲਿਆਂ ਨੇ ਸਪੈਸ਼ਲੀ ਕੁੜੀ ਨੂੰ ਚੰਗਾਈ ਵਿਖਾਉਣ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਦੱਸਾਂ ਮੈਂ ਨਹੀਂ ਵੀਡੀਓ ਦੇਖੀ ਆ ਭਰਾਵੋ ਜੋ ਕੁਛ ਵੀ ਭਾਣਾ ਵਰਤ ਰਿਹਾ ਨਾ ਮੈਂ ਕੋਈ ਚਾਚੇ ਦੀ ਇੰਟਰਵਿਊ ਸੁਣੀ ਨਾ ਕੁਛ ਵੀ ਪਰ ਜਦ ਵੀ ਟਿਕਟੋਕ ਫੇਸਬੁੱਕ ਯੂਟਿਊਬ ਜੋ ਮਰਜ਼ੀ ਖੋਲ ਲਓ ਬਸ ਬੇਅੰਤ ਇੱਦਾਂ ਬੇਅੰਤ ਉੱਦਾਂ ਬੇਅੰਤ ਉੱਦਾਂ ਉਹ ਭਰਾਵੋ ਮੇਰੀ ਗੱਲ ਸੁਣੋ ਪੰਜਾਬ 'ਚ ਇੱਕੋ ਹੀ ਇੱਕ ਮੁੰਡਾ ਮਰਿਆ ਹੋਰ ਮੁੰਡੇ ਮਰਦੇ ਹੀ ਨਹੀਂ ਗੇ ਹੈ ਹੋਰ ਕੋਈ ਚਲੋ ਮਾੜੀ ਗੱਲ ਹੈ ਕਿਸੇ ਮਾਂ ਦਾ ਪੁੱਤ ਮਰ ਗਿਆ ਸਾਨੂੰ ਮੈਨੂੰ ਵੀ ਦੁੱਖ ਆ ਪਰ ਤੁਸੀਂ ਤਾਂ ਇੱਦਾਂ ਉਸਦੀ ਗੱਲ ਨੂੰ ਇਹ ਸਵਾਦ ਲੈ ਰਹੇ ਹਾਂ ਵੀ ਹੈ ਨਾ ਵੀ ਪੰਜਾਬ 'ਚ ਇੱਕੋ ਹੀ ਮੌਤ ਹੋਈ ਆ ਨਾ ਪੰਜਾਬ 'ਚ ਪਹਿਲਾਂ ਕਦੀ ਮੌਤ ਹੁੰਦੀ ਸੀ ਨਾ ਇਨ ਫਿਊਚਰ ਹੋਣੀ ਆ ਨਾ ਅੱਜ ਹੋਣੀ ਆ ਉਹੀ ਸੀ ਇੱਕ ਤੇ ਉਹ ਮਰ ਗਿਆ ਤਾਂ ਸਾਨੂੰ ਦੁੱਖ ਬਹੁਤ ਹੈ ਜਿਹੜੇ ਕਮੈਂਟ ਕਰ ਰਹੇ ਆ ਗਾਂ ਦੀ ਗਾਂ ਬਾਈ ਜੀ ਦੁੱਖ ਤੱਕ ਕਿਸੇ ਨੂੰ ਸਾਰੇ ਸਵਾਦ ਲੈ ਰਹੇ ਜੇ ਮੀਡੀਆ ਵਾਲਿਆਂ ਨੂੰ ਵੀ ਇੰਨਾ ਹੀ ਦੁੱਖ ਆ ਹਜ਼ਾਰਾਂ ਦੇ ਹਿਸਾਬ ਨਾਲ ਪੰਜਾਬੀ ਕੁੜੀਆਂ ਜਿਨ੍ਹਾਂ ਨੂੰ ਉਹਨਾਂ ਦੇ ਘਰ ਵਾਲਿਆਂ ਨੇ ਛੱਡਿਆ ਆ ਉਹ ਵਿਚਾਰੀਆਂ ਛੋਟੇ ਛੋਟੇ ਨਿਆਣੇ ਲੈ ਕੇ ਭਟਕ ਰਹੀਆਂ ਆ ਨਾ ਉਹ ਸਹੁਰੇ ਘਰ ਦੀਆਂ ਨਾ ਪੇਕੇ ਘਰ ਦੀਆਂ ਉਹਨਾਂ ਦਾ ਵੀ ਹਾਲ ਪੁੱਛ ਲਓ ਉਹਨਾਂ ਦਾ ਹਾਲ ਪੁੱਛੇ ਤੇ ਵਿਊ ਨਹੀਂ ਆਉਣੇ ਤੁਹਾਡੇ ਉਹਨਾਂ ਦਾ ਹਾਲ ਪੁੱਛੇ ਤੇ ਵਿਊ ਨਹੀਂ ਆਉਣੇ ਤਾਂ ਤੁਸੀਂ ਇਕੱਲਾ ਬੇਅੰਤ ਲਾਪਰੀਤ ਬੇਅੰਤ ਬੇਅੰਤ ਦਾ ਚਾਚਾ ਬੇਅੰਤ ਦਾ ਉਹ ਬੇਅੰਤ ਦਾ ਹੱਦ ਆ ਯਾਰ ਤੁਹਾਡੀ ਸਾਲਾ ਹੋਰ ਕੋਈ ਕੰਮ ਹੀ ਨਹੀਂ ਦੁਨੀਆ 'ਚ ਮੈਂ ਫੋਟੋਆਂ ਵੀ 2-3 ਸੇਵ ਕੀਤੀਆਂ ਉਹ ਵੀ ਤੁਹਾਨੂੰ ਦਿਖਾਉਣਾ ਵੀ ਹੋ ਕੀ ਰਿਹਾ ਵੀ ਅਸੀਂ ਕਿਹੜੇ ਪਾਸੇ ਤੁਰੇ ਹੋ ਆ ਯਾਰ ਮੈਨੂੰ ਤੁਸੀਂ ਕਮੈਂਟਾਂ 'ਚ ਤੁਸੀਂ ਵਿਚਾਰ ਦਿਓ ਤੁਸੀਂ ਵੀ ਜਿਹੜੇ ਲੋਕ ਵੀਡੀਓ 'ਚ ਇੰਟਰਸਟਡ ਆ ਵੀ ਜਸੂਸ ਗੋਪੀ ਚੰਦ ਤੁਸੀਂ ਵੀ ਬਣੇ ਫਿਰਦੇ ਆ ਕੌਣ ਸੱਚਾ ਕੌਣ ਝੂਠਾ ਯਾਰ ਸਮੇਂ ਨੇ ਆਪ ਹੀ ਸਭ ਕੁਝ ਦੱਸ ਦੇਣਾ ਹੈ ਨਾ ਤੁਸੀਂ ਕੀ ਲੈਣਾ ਦੇਣਾ ਭਾਵੇਂ ਕੁੜੀ ਸੱਚੀ ਹੋਵੇ ਭਾਵੇਂ ਮੁੰਡਾ ਸੱਚਾ ਹੋਵੇ ਪਹਿਲੀ ਤਾਂ ਗੱਲ ਉਹੀ ਪਹਿਲਾਂ ਐਲਟ ਨਹੀਂ ਸੀ ਕਰਨੀ ਪੈਂਦੀ ਇੱਥੇ ਇਮੀਗ੍ਰੇਸ਼ਨ ਦਾ ਉਹ ਬਣਨ ਲਈ ਹੈ ਨਾ ਅਤੇ ਹੁਣ ਤਾਂ ਚਲੋ 7-8 ਬੈਂਡ ਲੈਣੇ ਪੈਂਦੇ ਆ ਉਹਨਾਂ ਟਾਈਮਾਂ 'ਚ ਕਈ ਇੱਥੇ ਇਮੀਗ੍ਰੇਸ਼ਨ ਵਾਲੇ ਬਣੇ ਹੋ ਆ ਉਹ ਚਾੜਦੀਆਂ ਜੀ ਚਾਰ ਕੱਲ੍ਹ ਨੂੰ ਚਾੜ ਦੇਣੀ ਉਹ ਭਰਾਵੋ ਉਹ ਨਹੀਂ ਡਿਪੋਰਟ ਹੋਣੀ ਆ ਸੁਣ ਲਓ ਮੇਰੀ ਗੱਲ ਜਿੰਨੀ ਔਖੀ ਪੀ ਆਰ ਆ ਉਤੋਂ ਔਖਾ ਬੰਦਾ ਡਿਪੋਰਟ ਕਰਨਾ ਉਹ ਨਹੀਂ ਡਿਪਾਰਟ ਹੋਣੀ ਸੋ ਹਾਰ ਲੈ ਕੇ ਅੜੀਕੋ ਨਾ ਉਹ ਨਹੀਂ ਡਿਪੋਰਟ ਹੋਣੀ ਉਹ ਜਿੱਦਾਂ ਇੱਕ ਵੀਡੀਓ ਹੋਰ ਆਈ ਅਖੇ ਉਹਦੇ ਘਰ ਕੋਈ ਮੁੰਡਾ ਗਿਆ ਅੰਬੈਸੀ ਵਾਲਾ ਕਹਿ ਕੇ ਉਹਨੇ ਰਿਫਿਊਜੀ ਲਾ ਕੇ ਨਜ਼ਾਰੇ ਲੈਣੇ ਅਗਲੀ ਨੇ ਹਨਾ ਸੋ ਤੁਸੀਂ ਨਾ ਉਹਦੀ ਫਿਕਰ ਕਰੋ ਉਹਨੂੰ ਕੁਛ ਨਹੀਂ ਹੁੰਦਾ ਨਜ਼ਾਰੇ ਲੈਣੇ ਆ ਸੋ ਗੱਲ ਆਉਂਦੀ ਆ ਜੀ ਚੈਨਲ ਇੱਕ ਕਾਲੇ ਦੀ ਨਾਂ ਨਹੀਂ ਲੈਣਾ ਇੱਕ ਫੀਮੇਲ ਉਹਦੀ ਇੰਟਰਵਿਊ ਕਰਨ ਡਈ ਸੀ ਉਹ ਫੀਮੇਲ ਉਹਦੀ ਇੰਟਰਵਿਊ ਕਾਹਦੀ ਕਰਨ ਡਈ ਸੀ ਉਹ ਤਾਂ ਕੁੜੀ ਦਾ ਪੱਖਾ ਹੀ ਪੂਰੀ ਤਰ੍ਹਾਂ ਪੂਰਨ ਡਈ ਸੀ ਇੱਦਾਂ ਥੋੜ੍ਹਾ ਇੰਟਰਵਿਊ ਕਰਦੇ ਹੁੰਦੇ ਜੇ ਤੂੰ ਇੰਟਰਵਿਊ ਕਰ ਲਉ ਉਹਨੂੰ ਕਟਾਸ਼ ਕਰ ਉਹਨੂੰ ਸਵਾਲ ਪੁੱਛ ਵੀ ਜਿਹੜੀ ਉਹੀ ਮੈਂ ਉਹੀ ਇੱਕ ਇੰਟਰਵਿਊ ਉਹਦੀ ਕੁੜੀ ਦੀ ਫੁੱਲ ਦੇਖੀ ਮੈਂ ਹੋਰ ਕੋਈ ਨਹੀਂ ਵੀਡੀਓ ਦੇਖੀ ਵੀ ਉੱਚੇ ਹੀ ਸਵਾਲ ਨਿਕਲਦੇ ਆ ਵੀ ਬਾਈ ਜੇ ਤੈਨੂੰ ਇੰਨਾ ਹੀ ਦੁੱਖ ਆ ਕਮੈਂਟ ਕੀਤੇ ਸੀ ਲੋਕਾਂ ਨੇ ਵੀ ਜੇ ਤੈਨੂੰ ਇੰਨਾ ਹੀ ਦੁੱਖ ਮੈਂ ਨਹੀਂ ਕਹਿੰਦਾ ਲੋਕਾਂ ਦੇ ਕਮੈਂਟ ਤੁਹਾਨੂੰ ਦੱਸਦਾ ਇੰਨਾ ਹੀ ਦੁੱਖ ਆ ਤੂੰ ਲਿਪਸਟਿਕ ਲਾਈ ਫਿਰਦੀ ਆ 4 ਦਿਨ ਪਹਿਲਾਂ ਤੇਰੇ ਘਰ ਵਾਲੇ ਦੀ ਮੌਤ ਹੋਈ ਆ ਤੂੰ ਲਿਪਸਟਿਕ ਲਾਈ ਫਿਰਦੀ ਸਹੀ ਆ ਜੀ ਦੂਜੀ ਗੱਲ ਉਹ ਜਿਹੜੀ ਮੈਡਮ ਸੀ ਜਿਹੜੀ ਵੀ ਚੈਨਲ ਵਾਲੀ ਸੀ ਹੈ ਨਾ ਉਹਨੇ ਉਹਦਾ ਵਿਚਾਰੀ ਆਪਣੀ ਚੁੰਨੀ ਸਵਾਰੀ ਗਈ ਸੂਟ ਹੀ ਦਿਖਾਈ ਗਈ ਮੇਕਅਪ ਲਾ ਕੇ ਬੈਠੀ ਸੀ ਉਹਦਾ ਬਾਈ ਜੀ ਇੱਦਾਂ ਮਨਾਉਂਦੀ ਸੀ ਦੁੱਖ ਪਈ ਹੈ ਨਾ ਤੇ ਕੁੜੀ ਪਤਾ ਨਹੀਂ ਓਲੰਪਿਕ 'ਚ ਮੈਡਲ ਜਿੱਤ ਕੇ ਆਈ ਸੀ ਇਹਨਾਂ ਵਿਚਾਰੀ ਨਾਲ ਮਾੜਾ ਹੋ ਰਿਹਾ ਮੈਨੂੰ ਨਹੀਂ ਪਤਾ ਬਾਈ ਕੁੜੀ ਝੂਠੀ ਹੈ ਜਾਂ ਮੁੰਡਾ ਝੂਠਾ ਕੌਣ ਝੂਠਾ ਇੱਕ ਆਮ ਪੰਜਾਬੀ ਹੋਣ ਦੇ ਨਾਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਭਰਾਵੋ ਖਹਿੜਾ ਛੱਡ ਦਿਓ ਇਹਨਾਂ ਗੱਲਾਂ ਦਾ ਹੋਰ ਬੜਾ ਕੁਛ ਦੁਨੀਆ 'ਚ ਚੱਲਦਾ ਪਿਆ ਆ ਹਨਾ ਸਮੇਂ ਨੇ ਆਪ ਹੀ ਦੱਸ ਦੇਣਾ ਕੌਣ ਝੂਠਾ ਕੌਣ ਸੱਚਾ ਤੇ ਸਭ ਹਾਂ ਤੇ ਦੂਜੀ ਗੱਲ ਉਹ ਮੈਡਮ ਜੀ ਨੇ ਉਹ ਤੋਂ ਸਵਾਲ ਤਾਂ ਪੁੱਛਿਆ ਹੀ ਨਹੀਂ ਉਹ ਵੀ ਜਿਹੜੀ ਮੁੰਡੇ ਨਾਲ ਤੇਰੀ ਫੋਟੋ ਵਾਇਰਲ ਹੋਈ ਆ ਜਿਹਨਾਂ ਤੂੰ ਲਿਵਿੰਗ 'ਚ ਰਹਿੰਦੀ ਸੀ ਉਹਦੇ ਬਾਰੇ ਤਾਂ ਕੁਛ ਪੁੱਛਿਆ ਨਹੀਂ ਤੇ ਤੀਜੀ ਗੱਲ ਭਰਾਵੋ ਧਾਨਿਆਂ ਦੇ ਧਾਨਿਆਂ ਧਾਨਿਆਂ ਤੁਸੀਂ ਲੋਕ ਜਿਹੜੇ 3-3, 4-4 ਸਾਲ ਪੁਰਾਣੀਆਂ ਚੈਟਾਂ ਸਾਂਭ ਕੇ ਰੱਖਦੇ ਬਾਈ ਜੀ ਕਿਸੇ ਦੇ ਦਿਲ 'ਚ ਕੋਈ ਖੋਟ ਹੋਊ ਉਹੀ ਚੈਟ ਸਾਂਭ ਕੇ ਰੱਖੂ ਮੈਂ ਤਾਂ ਸਾਲਾ 2 ਦਿਨ ਪੁਰਾਣੇ 2 ਦਿਨ ਕੀ ਮੈਂ ਤਾਂ ਇੱਕ ਦਿਨ ਮੈਨੂੰ ਤਾਂ ਜਦ ਤੱਕ ਮੈਂ ਕਲੀਅਰ ਨਾ ਕਰ ਦਵਾਂ ਫੋਨ ਨਾ ਮੇਰੇ ਫੋਨ 'ਚ ਕੋਈ ਫੋਟੋ ਨਾ ਵੀਡੀਓ ਜਦ ਤੱਕ ਮੈਂ ਕਲੀਅਰ ਨਾ ਕਰ ਦਵਾਂ ਚੈਟ ਮੈਂ ਤਾਂ ਨੀਂਦ ਜੀ ਨਹੀਂ ਹੁੰਦੀ ਮੈਂ ਤਾਂ ਹੋਰ ਹੀ ਤਰ੍ਹਾਂ ਭੂਤੀ ਚੁੰਬੜਦੇ ਰਹਿੰਦੇ ਹਨਾ ਧਾਨਿਆਂ ਬਾਈ ਧਾਨਿਆਂ ਚਾਰ ਚਾਰ
ਕੋਈ ਹੂਕ ਗਈ ਉਹਦੇ ਦਿਲ ਚ ਵੀ ਗਾਹ ਨੂੰ ਆਹ ਭਾਣਾ ਵਰਤਣਾ ਤੇ ਫਿਰ ਮੈਂ ਸ਼ੋਅ ਕਰੂੰਗੀ ਯਾਰ 2019 ਦੀਆਂ ਚੈਟਾਂ ਸਾਂਭੀਆਂ 18 ਦੀਆਂ ਹਨਾ। ਤੇ ਦੂਜੀ ਗੱਲ ਮੁੰਡੇ ਦੀ ਹੈਂਡ ਰਾਈਟਿੰਗ ਮੈਂ ਦੇਖੀ ਜੀ, ਉਹਨੇ ਲਿਖਿਆ ਸੀ 2019 ਚ ਵੀ ਉਹਨੇ ਸੁਸਾਈਡ ਦੀ ਕੋਸ਼ਿਸ਼ ਕੀਤੀ। ਬਾਈ ਜੀ ਸਿੱਧੀ ਜੀ ਗੱਲ ਆ, ਮੁੰਡਾ ਵਿਚਾਰਾ ਸਾਡੇ ਵਾਂਗੂ ਘੱਟ ਪੜ੍ਹਿਆ ਲਿਖਿਆ ਸੀਗਾ ਹਨਾ, ਉਹਦੀ ਲਿਖਾਈ ਤੋਂ ਹੀ ਪਤਾ ਲੱਗ ਗਿਆ ਵੀ ਉਹਦੇ ਕਿੰਨੇ ਕੁ ਬੈਂਡ ਆਏ ਹੋਣੇ ਹਨਾ। ਸੋ ਮੁੰਡਾ ਵਿਚਾਰਾ ਸੀਗਾ ਘੱਟ ਪੜ੍ਹਿਆ ਲਿਖਿਆ, ਮਾਪਿਆਂ ਦਾ ਪਤਾ ਨਹੀਂ ਹੁਣ ਅਮੀਰ ਸੀ ਜਾਂ ਕਿੱਦਾਂ ਸੀਗੇ ਹਨਾ, ਵੀ ਜਿੱਦਾਂ ਪਿੰਡਾਂ 'ਚ ਹੁੰਦਾ ਹੀ ਆ ਵੀ ਜ਼ਮੀਨ ਹੈਗੀ ਆ 4 ਕਿੱਲੇ, ਚੱਲ ਪੜ੍ਹਿਆ ਨਹੀਂ ਕੋਈ ਨਹੀਂ, ਵੀ ਉਹ ਜਿੱਦਾਂ ਉਹ ਕਹਿੰਦੀ ਵੀ ਦਾਰੂ ਪੀਂਦਾ ਹੁੰਦਾ ਸੀ ਹਨਾ। ਸਾਨੂੰ ਨਹੀਂ ਪਤਾ ਵੀ ਬਾਈ ਸ਼ੁਰੂ 'ਚ ਨਹੀਂ ਕਿਹਾ ਵੀ ਮੁੰਡਾ ਚਿੱਟੇ ਨਾਲ ਮਰਿਆ, ਕੁੜੀ ਵਾਲੇ ਨੇ ਕਿਹਾ ਹਨਾ। ਤੇ ਮੈਨੂੰ ਇੱਕ ਦਿਨ ਇੱਥੋਂ ਇੱਕ ਵੀਰ ਦੀ ਕਾਲ ਵੀ ਆਈ ਤੇ ਬਈ ਉਹ ਕੁੜੀ ਮੇਰੇ ਨਾਲ ਵੀ ਸੰਪਰਕ ਕਰਕੇ ਆਪਣਾ ਪੱਖ ਰੱਖਣਾ ਚਾਹੁੰਦੀ ਹੈ। ਮੋਸਟ ਵੈਲਕਮ ਆ ਜੀ, ਜੇ ਕੁੜੀ ਸਾਡੇ ਚੈਨਲ ਤੇ ਆਉਣਾ ਚਾਹੁੰਦੀ ਮੋਸਟ ਵੈਲਕਮ। ਆਪਾਂ ਤਾਂ ਉਹਨੂੰ ਸਿੱਧੇ ਸਵਾਲ ਹੀ ਪੁੱਛਣੇ ਹਨਾ, ਉਹ ਭੈਣ ਜੀ ਵਾਂਗੂ ਨਹੀਂ ਜਿਹੜੇ ਪੋਲੇ ਪੋਲੇ ਸਵਾਲ ਪੁੱਛਦੇ ਸੀ, ਇੱਕ ਕਿਸਮ ਨਾਲ ਉਹ ਕੁੜੀ ਦਾ ਪੱਖਾ ਹੀ ਘੂਰ ਰਹੇ ਸੀਗੇ ਹਨਾ। ਸੋ ਸਿੱਧੀ ਜੀ ਗੱਲ ਆ ਭਰਾਵੋ, ਇਹ ਮੀਡੀਆ ਵਾਲੇ ਪਤਾ ਕੀ ਕਰਦੇ ਆ, ਇੱਕ ਪਾਸੇ ਇਹ ਕੁੜੀ ਨੂੰ ਮਾੜਾ ਬਣਾ ਦਿੰਦੇ ਆ, ਦੂਜੇ ਪਾਸੇ ਵੀ ਕੁੜੀ ਨੂੰ ਚੰਗਾ ਬਣਾ ਦਿੰਦੇ ਆ, ਇਹ ਬਸ ਇਹ ਵੀ ਲੁਕਣ ਮਚਾਈ ਖੇਲਦੇ ਆ ਵੀ ਸਾਡਾ ਕੰਮ ਤੁਰਿਆ ਰਵੇ। ਪਹਿਲਾਂ ਕੁੜੀ ਨੂੰ ਚੰਗਾ ਬਣਾ ਦੇਣਾ, ਫਿਰ ਕੁੜੀ ਨੂੰ ਮਾੜਾ ਬਣਾ ਦੇਣਾ, ਫਿਰ ਲੋਕਾਂ ਨੇ ਕਹਿਣਾ ਨਹੀਂ ਉਹ ਨਹੀਂ ਉਹ ਉਹ ਨਹੀਂ ਉਹ, ਹੋਰ ਕੋਈ ਕੰਟੈਂਟ ਹੈ ਨਹੀਂ ਗਾ, ਇਹਨਾਂ ਦਾ ਰੋਟੀ ਫੁਲਕਾ ਵਧੀਆ ਤੁਰਿਆ, ਵਧੀਆ ਡਾਲਰ ਛਾਪ ਰਿਹਾ, ਤੁਹਾਨੂੰ ਮੂਰਖ ਬਣਾ ਰਿਹਾ ਪੰਜਾਬੀ ਭਾਸ਼ਾ 'ਚ ਦੱਸਾਂ। ਜਿਹੜਾ ਮਰਜ਼ੀ ਫੇਸਬੁੱਕ ਯੂਟਿਊਬ ਟਿਕਟੋਕ ਖੋਲ੍ਹ ਕੇ ਦੇਖ ਲਓ, ਹੋਰ ਸਾਲੀ ਕੋਈ ਨਿਊਜ਼ ਹੀ ਨਹੀਂ ਆਉਂਦੀ, ਇਹੀ ਜੀ ਬੇਅੰਤ ਨੇ ਉਹ ਕੀਤਾ, 3 ਸਾਲ ਪੁਰਾਣੀ ਚਿੱਠੀ ਮਿਲੀ ਉਹ ਕੀਤਾ ਉਹ ਕੀਤਾ, ਹੱਦ ਆ ਯਾਰ, ਇੱਕੋ ਹੀ ਮੁੰਡਾ ਮਰਿਆ ਪੰਜਾਬ 'ਚ। ਹੋਰ ਆ ਜਿਹੜਾ 400-500 ਕਿਸਾਨ ਸ਼ਹੀਦ ਹੋ ਗਿਆ, ਉਹਨਾਂ ਦਾ ਤੁਸੀਂ ਕਿਸੇ ਨੇ ਜਾ ਕੇ ਪੁੱਛਿਆ ਨਹੀਂ ਮੀਡੀਆ ਵਾਲਿਆਂ ਨੇ ਉਹਨਾਂ ਦੇ ਘਰ ਵੀ ਬਈ ਹਾਂ ਜੀ ਉਹਨਾਂ ਦੇ ਸ਼ਹੀਦ ਹੋ ਗਿਆ ਕੀ ਹੋਇਆ ਜੀ, ਕਦੀ ਉਹਨਾਂ ਦਾ ਹਾਲ ਪੁੱਛਿਆ ਤੁਸੀਂ, ਪੁੱਛਿਆ ਕਿਸੇ ਨੇ ਹਾਲ? ਫਿਰ ਉਹੀ ਗੱਲ ਆ, ਚਲੋ ਠੀਕ ਹੈ ਇੱਥੇ ਕੁੜੀ ਰੋਂਗ ਵੀ ਹੋ ਸਕਦੀ, ਮੈਨੂੰ ਨਹੀਂ ਪਤਾ ਬਈ ਆਪਾਂ ਨਹੀਂ ਕਿਸੇ ਨੂੰ ਕਹਿੰਦੇ ਕੌਣ ਸਹੀ ਆ ਕੌਣ ਰੋਂਗ ਆ ਹਨਾ। ਆਪਣੀਆਂ ਜੱਜਾਂ ਦਾ ਵੀ ਆਪਾਂ ਲੋਕ ਇੰਨੇ ਵਿਹਲੇ ਹਾਂ ਵੀ ਹਨਾ ਐਵੇਂ ਜੱਜਮੈਂਟਾਂ ਲਾਈ ਜਾਂਦੇ ਹਾਂ, ਉੱਥੇ ਉਸ ਵੇਲੇ ਉਹਨੇ ਐਂ ਕੀਤਾ ਸੀ, ਉੱਥੇ ਉਹਨੇ ਐਂ ਕੀਤਾ, ਯਾਰ ਆਪਾਂ ਕੀ ਲੈਣਾ ਦੇਣਾ ਹਨਾ। ਆਪਣਾ ਦੇਖੋ ਵੀ ਬਾਈ ਆਪਾਂ ਰੋਟੀ 2 ਟਾਈਮ ਦੀ ਹੋਰ ਵਧੀਆ ਕਿੱਦਾਂ ਕਰਨੀ ਆ ਆਪਣੀ ਹਨਾ, ਜਾਂ ਆਪਣੇ ਪੰਜਾਬ 'ਚ ਕੀ ਹੋ ਰਿਹਾ ਆ ਹਨਾ। ਵੀ ਉਹੀ ਕਮੈਂਟ ਆਉਂਦੇ ਨੇ ਲਿਪਸਟਿਕ ਲਾਈ ਹੋ, ਤੁਸੀਂ ਕਦੀ ਅਮਰਿੰਦਰ ਨੂੰ ਤਾਂ ਪੁੱਛਿਆ ਨਹੀਂ ਵੀ ਤੂੰ ਸਹੁੰ ਖਾ ਕੇ ਕਦੀ ਪੰਜਾਬ 'ਚ ਤਾਂ ਵੜਿਆ ਨਹੀਂ, ਗਰਮੀਆਂ ਦੀਆਂ ਛੁੱਟੀਆਂ ਤੂੰ ਹਿਮਾਚਲ 'ਚ ਜਾ ਕੇ ਕੱਟਦਾ ਆ ਹਨਾ। ਨਾ ਤੁਸੀਂ ਕਦੀ ਬਾਦਲਾਂ ਨੂੰ ਪੁੱਛਿਆ ਵੀ ਜਿਹੜੇ ਬਾਦਲੋਂ ਸਾਲੇ ਉਹ ਤੁਸੀਂ ਸੰਵਿਧਾਨ ਪਾੜਿਆ ਸੀ ਉਹੀ ਹੁਣ ਤੁਸੀਂ ਬਸਪਾ ਨਾਲ ਗਠਜੋੜ ਕਰਕੇ ਕਹਿੰਦੇ ਆਪਾਂ ਸੰਵਿਧਾਨ ਦੇ ਰਾਖੇ ਆ ਹਨਾ। ਚਲੋ ਭੀਮ ਰਾਓ ਜੀ ਨੇ ਸੰਵਿਧਾਨ ਬਣਾਇਆ ਹਨਾ, ਜੈ ਭੀਮ ਜੈ ਭਾਰਤ ਜੈ ਸੰਵਿਧਾਨ ਹਨਾ, ਆਪਾਂ ਤਾਂ ਕਹਿ ਦਿੰਦੇ ਹਾਂ ਉਹੀ ਬਾਦਲ ਹੈ ਜਿਹਨੇ ਸੰਵਿਧਾਨ ਦੀਆਂ ਕਾਪੀਆਂ ਪਾੜੀਆਂ ਸੀ, ਹੁਣ ਵੱਡੇ ਰਾਖੇ ਬਣੇ ਫਿਰਦੇ ਆ ਉਹ। ਯਾਰ ਆਪਾਂ ਲੋਕ ਛਿੱਤਰਖਾਨੇ ਹੀ ਤਾਂ ਹੀ ਆ, ਆਪਾਂ ਜਿੱਥੇ ਸਵਾਲ ਕਰਨਾ ਹੁੰਦਾ ਉੱਥੇ ਕਰਦੇ ਨੀਗੇ, ਅਖੇ ਜੀ ਨੇ ਲਿਪਸਟਿਕ ਕਾਹਦੇ ਲਾਈ ਹੋ ਆ, ਇਹ ਇੱਦਾਂ ਜੀ, ਇਹ ਹੁਣ ਚੱਲ ਜਾਵੇ ਇੰਡੀਆ ਜੀ, ਇਹ ਹੁਣ ਕਰ ਲਵੇ ਆ, ਯਾਰ ਆਪਾਂ ਕੀ ਲੈਣਾ ਦੇਣਾ, ਮੈਂ ਦੱਸੋ ਤੁਸੀਂ ਲੈਣਾ ਕੀ ਆ ਹੈਂ। ਮੰਨ ਲਓ ਕੁੜੀ ਨੂੰ ਡਿਪੋਰਟ ਕਰ ਦਿੰਦੇ ਜਾਂ ਕੁੜੀਆਂ ਇੰਡੀਆ ਚੱਲ ਜਾਂਦੀ, ਫਿਰ ਤੁਹਾਨੂੰ ਕਿਹੜੀ ਕਿਹੜੀ ਅੰਦਰੂਨੀ ਤੁਹਾਨੂੰ ਖੁਸ਼ੀ ਮਿਲੂਗੀ, ਕਿਹੜੇ ਤੁਹਾਡੇ ਹਨਾ ਝੰਡੇ ਝੂਲਣ ਲੱਗ ਪੈਣੇ, ਕਿਹੜੇ ਕੀ ਹੋਜੂ ਤੁਹਾਨੂੰ ਹਨਾ। ਸਹੀ ਹੈ ਨਾ, ਜ਼ਿਆਦਾ ਹੋਵੇ ਭਾਈ ਇਹ ਕੋਈ ਇੱਕ ਕੇਸ ਆ ਦੁਨੀਆ ਦਾ ਜਾਂ ਪੂਰੇ ਪੰਜਾਬ ਦਾ ਭਾਈ, ਹੋਰ ਕਿਸੇ ਦਾ ਪੁੱਤ ਨਹੀਂ ਮਰਦਾ ਜਾਂ ਕਿਸੇ ਦੀ ਧੀ ਨਹੀਂ ਦਰ ਦਰ ਭਟਕਦੀ ਇਹਨਾਂ ਚੱਕਰਾਂ 'ਚ ਹਨਾ, ਜ਼ਿਆਦਾ ਹੋਵੇ ਭਾਈ ਇੱਕੋ ਇੱਕ ਕੇਸ ਆ, ਫਿਰ ਸਾਰਿਆਂ ਲਈ ਹੰਭਲਾ ਮਾਰੋ, ਚੰਗੀ ਤਰ੍ਹਾਂ ਹੰਭਲਾ ਮਾਰੋ ਹਨਾ। ਇਹ ਤਾਂ ਮੀਡੀਆ ਵਾਲੇ ਵੀ ਸਵਾਦ ਲੈਂਦੇ, ਤੁਸੀਂ ਲੋਕ ਵੀ ਸਵਾਦ ਲੈਂਦੇ ਆ ਹਨਾ, ਵਧੀਆ ਟਾਈਮ ਪਾਸ ਹੋਈ ਜਾਂਦਾ। ਜਿੱਦਾਂ ਪਹਿਲਾਂ ਸਾਡੇ ਕੋਲ ਟਾਈਮ ਪਾਸ ਲਈ ਉਹ ਜਿਹੜੇ ਗਾਉਣ ਵਾਲੇ ਹੁੰਦੇ ਸੀ, ਚਲੋ ਉਹਨਾਂ ਦਾ ਨਾਂ ਤਾਂ ਕੀ ਲੈਣਾ ਹਨਾ, ਉਹਨਾਂ ਦੇ ਬਾਹਰ ਦੇ ਵੀ ਟੂਰ ਲਵਾ ਦਿੱਤੇ ਲੋਕਾਂ ਨੇ ਹਨਾ। ਫਿਰ ਆ ਗਈ ਇੱਕ ਟਿਕਟੋਕ ਤੇ ਭਾਬੀ ਜੀ, ਫਿਰ ਕੋਈ ਆ ਗਿਆ ਹਨਾ, ਹੁਣ ਉਹ ਕੋਈ ਆ ਨਹੀਂ ਸੀ ਰਿਹਾ ਕੋਈ ਇਦਾਂ ਦਾ ਗਾਉਣ ਵਾਲਾ ਜਾਂ ਕੋਈ ਮਤਲਬ ਹਨਾ। ਸੋ ਹੁਣ ਤੁਸੀਂ ਇਹ ਮੁੱਦਾ ਫੜ ਲਿਆ, ਉਹ ਭਰਾਵੋ ਹੱਥ ਜੋੜੇ ਛੱਡ ਦਿਓ, ਇਹਨੂੰ ਛੱਡ ਦਿਓ, ਕੋਈ ਹੋਰ ਹੁਣ ਵੋਟਾਂ ਆਉਣ ਵਾਲੀਆਂ ਆਪਣੇ ਪੰਜਾਬ ਦਾ ਵੀ ਸੋਚ ਲਓ, ਡੇਲੀ ਤੇਲ ਮਹਿੰਗਾ ਹੋਈ ਜਾਂਦਾ, ਸਾਰਾ ਕੁਛ ਹੋਈ ਜਾਂਦਾ। ਆ ਤੁਹਾਨੂੰ ਮੈਂ ਤਸਵੀਰਾਂ ਦਿਖਾਉਣਾ ਕੁਛ ਇਹਨਾਂ ਬਾਰੇ ਵੀ ਸੋਚ ਲਓ ਇੱਕ ਮਿੰਟ, ਆ ਦਿਖਾਉਣ, ਆ ਦੇਖੋ ਕਦੀ ਇਹਨਾਂ ਦੀ ਵੀ ਗੱਲ ਕਰ ਲਓ, ਇੱਕ ਸਕਿੰਟ ਸੋਰੀ, ਆ ਲਓ ਆ ਚੰਡੀਗੜ੍ਹ ਪੁਲਿਸ ਨੇ, ਆ ਦੇਖੋ ਆ ਚੰਡੀਗੜ੍ਹ 'ਚ ਆ ਮੁੰਡੇ ਦੀ ਧੌਣ ਦੇਖੋ ਕਿੱਦਾਂ ਫੜੀ ਉਹ ਪੁਲਿਸ ਵਾਲਿਆਂ ਨੇ, ਆ ਦੇਖ ਲਓ ਉੱਧਰੋਂ ਵੀ ਇੱਕ ਭੱਜਿਆ ਆਉਂਦਾ ਆਇਆ ਵੱਡਾ ਮੇਰੇ ਮੂੰਹੋਂ ਸੁਣਦਾ ਯਾਰ। ਆ ਦੇਖੋ ਸਾਡੇ ਪੰਜਾਬੀਆਂ 'ਤੇ ਇਹ ਅੱਤਿਆਚਾਰ ਹੋ ਰਿਹਾ, ਇਹ ਤਾਂ ਤੁਸੀਂ ਕਦੀ ਆਵਾਜ਼ ਚੱਕੀ ਨਹੀਂ, ਟਵਿੱਟਰ 'ਤੇ ਟਵੀਟ ਕਰੋ, ਇਹਨਾਂ ਦੀ ਚੰਡੀਗੜ੍ਹ ਪੁਲਿਸ ਨੂੰ ਟੈਗ ਕਰੋ, ਇਹਨਾਂ ਦੀ ਲਾਹ ਪਾ ਕਰੋ, ਸਾਰੇ ਦੇਸ਼ 'ਚ ਪਤਾ ਲੱਗੇ ਇਹਨਾਂ ਦੀਆਂ ਕਰਤੂਤਾਂ। ਬਹੁਤ ਭੱਜਿਆ ਆਉਂਦਾ ਨਾ ਮੁੰਡੇ ਨੂੰ ਕਿੱਦਾਂ ਧੌਣ ਤੋਂ ਫੜਿਆ ਆ, 1, 2, 3, 4, 5, 6, 7, 8, 9, 10, 11, 12 ਅਤੇ ਸਕਰੀਨ ਦੇ ਪਿੱਛੇ ਵੀ ਸੀਗੇ, 15 ਜਣੇ ਇੱਕ ਮੁੰਡੇ ਨੂੰ ਕੁੱਟਦੇ ਪਏ, ਪੰਜਾਬੀ ਮੁੰਡੇ ਨੂੰ 15 ਜਣੇ, ਚੰਡੀਗੜ੍ਹ ਦੀ ਖਬਰ ਆ ਇਹ ਵੀ, ਇਹਦੇ ਬਾਰੇ ਵੀ ਕਦੀ ਗੱਲ ਕਰ ਲਓ। ਆਹ ਦੇ ਆ ਮੁੰਡਾ ਵਿਚਾਰਾ 8-10 ਸਾਲ ਦਾ, ਇਹਦੀ ਵੀ ਤੁਸੀਂ ਦੇਖ ਲਈ ਹੋਣੀ ਇੰਟਰਵਿਊ, ਉਹਨੂੰ ਚੱਕ ਕੇ ਲੈ ਗਈ ਚੰਡੀਗੜ੍ਹ ਪੁਲਿਸ, ਇਹਨੂੰ ਚੱਕ ਕੇ ਲੈ ਗਈ ਪੁਲਿਸ, ਆਹ ਦੇਖ ਲਓ ਆਹ ਇੱਕ ਵੀਲ ਚੇਅਰ 'ਤੇ ਭੈਣ, ਇਹਨੂੰ ਵਿਚਾਰੀ ਨੂੰ ਉਹ ਕੀਤਾ, ਆਹ ਦੇਖੋ
ਆ ਬਾਬਾ ਜੀ ਦੀ ਪੱਗ ਲਾ ਦਿੱਤੀ। ਹੋਰ ਤੁਸੀਂ ਕੀ ਉਡੀਕਦੇ ਆ ਯਾਰ ਵੀ ਕੀ ਹੋ ਜਾਵੇ ਹੈ ਨਾ, ਹੁਣ ਤੁਹਾਡੇ ਘਰਾਂ ਜਾ ਕੇ ਗੋਲੀਆਂ ਚਲਾਉਣ ਪੁਲਿਸ, ਫਿਰ ਤੁਸੀਂ ਆਵਾਜ਼ ਚੱਕੂਗੇ ਟਵਿੱਟਰ 'ਤੇ ਜਾ ਕਿਤੇ ਵੀ ਹੈ ਨਾ। ਮੈਂ ਨਹੀਂ ਕਹਿੰਦਾ ਭਰਾਵੋ ਜਾ ਕੇ ਪੁਲਿਸ ਦੀ ਹਿੱਕ 'ਚ ਵੱਜੋ, ਮੈਂ ਆਪਾਂ ਕਦੀ ਕਿਸੇ ਨੂੰ ਭੜਕਾਇਆ ਨਹੀਂ। ਜਦੋਂ ਮੈਂ ਕਨੇਡਾ 'ਚ ਬੈਠਾ ਮੈਂ ਕਿਸੇ ਨੂੰ ਕਹਿ ਨਹੀਂ ਸਕਦਾ ਵੀ ਬਾਈ ਜਾਓ ਇੱਥੇ ਆਹ ਕਰੋ ਆਹ ਕਰੋ, ਆਪਾਂ ਸੋਸ਼ਲ ਮੀਡੀਆ 'ਤੇ ਲੋਕਤੰਤਰਿਕ ਡੈਮੋਕਰੇਸੀ ਦੇ ਹੱਕ ਨਾਲ ਆਵਾਜ਼ ਚੱਕਣ ਨੂੰ ਕਹਿੰਦਾ ਸੀ, ਹਾਂ ਅਤੇ ਰਹਾਂਗਾ। ਟਵਿੱਟਰ 'ਤੇ ਆਵਾਜ਼ ਚੱਕੋ ਜੋ ਧੱਕੇਸ਼ਾਹੀ ਹੋ ਰਹੀ ਆ ਸਾਡੇ ਨਾਲ। ਆ ਦੇਖ ਲਓ ਸਾਡੀਆਂ ਪੱਗਾਂ ਲਾਈਆਂ ਜਾ ਰਹੀਆਂ, ਜਵਾਕਾਂ ਨੂੰ ਪੁਲਿਸ ਚੱਕ ਰਹੀ ਆ, ਵੀਲ ਚੇਅਰ 'ਤੇ ਬੈਠੀਆਂ ਭੈਣਾਂ 'ਤੇ ਅੱਤਿਆਚਾਰ ਹੋ ਜਾ ਰਿਹਾ, ਡੰਡੇ ਮਾਰੇ ਜਾ ਰਹੇ। ਹੋਰ ਤੁਸੀਂ ਕੀ ਉਡੀਕਦੇ ਯਾਰ, ਤੁਸੀਂ ਤਾਂ ਉਹੀ ਸਵਾਦ ਲਈ ਜਾਂਦੇ ਹੋ। ਬੇਅੰਤ ਲਾਪ੍ਰੀਤ, ਬੇਅੰਤ ਲਾਪ੍ਰੀਤ, ਬੇਅੰਤ ਲਾਪ੍ਰੀਤ, ਸਾਲਾ ਮੇਰਾ ਸਿਰ ਦੁਖਣ ਲੱਗ ਪੈਂਦਾ। ਮੈਂ ਤਾਂ ਕਿਸੇ ਨੂੰ ਫੋਲੋ ਵੀ ਨਹੀਂ ਕੀਤਾ, ਤਾਂ ਵੀ ਮੇਰੇ ਮੂਹਰੇ ਇੰਨੀਆਂ ਵੀਡੀਓ ਆ ਜਾਂਦੀਆਂ। ਤੁਸੀਂ ਤਾਂ ਫੋਲੋ ਫੁਲੋ ਵੀ ਕੀਤੇ ਹੋ, ਕਮੈਂਟ ਕਮੁੰਟ ਵੀ ਕਰੀ ਜਾਂਦੇ, ਧੰਨਿਆ ਬਾਈ ਤੁਸੀਂ ਧੰਨਿਆ। ਨਾ ਕਰੋ ਆਪਣਾ ਕੀਮਤੀ ਸਮਾਂ ਵੇਸਟ, ਹੋਰ ਦਿਖਾਉਣਾ ਤੁਹਾਨੂੰ। ਉਹ ਭਰਾਵੋ ਹੁਣ ਮੀਡੀਆ ਨੇ ਤਾਂ ਆਪਣੇ ਨੇ ਦਿਖਾਉਣਾ ਨਹੀਂ, ਫਿਰ ਸਾਡੇ ਨਿਆਣੇ ਵੀ ਫਿਰ ਟਿਕਟੋਕ 'ਤੇ ਹੀ ਨੱਚਣੇ ਆ, ਹੋਰ ਉਹਨੀ ਕਿਹੜਾ ਆਈਨਸਟਾਈਨ ਜਾਂ ਉਹ ਬਣ ਜਾਣਾ। ਆਹ 7-8 ਸਾਲ ਦਾ ਮੁੰਡਾ ਬੈਲਜੀਅਮ ਦਾ, ਆਹ ਮੀਡੀਆ ਐਵੇਂ ਨਹੀਂ ਇਕੱਠਾ ਹੋਇਆ ਐਡੇ ਐਡੇ ਕੈਮਰੇ ਲੈ ਕੇ। ਬਾਈ ਜੀ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਨਿਆਣਿਆਂ 'ਚੋਂ ਇੱਕ ਪਹਿਲਾਂ ਸੀਗਾ, ਇਹ ਦੂਜਾ ਬਣ ਗਿਆ ਜਿਹਨੇ ਡਿਗਰੀ ਲੈ ਲਈ ਯੂਨੀਵਰਸਿਟੀ ਦੀ ਫਿਜ਼ਿਕਸ 'ਚ। ਬਾਈ ਬੰਦੇ ਦੀ 40-50 ਸਾਲ ਦੇ ਉਮਰ ਦੇ ਬੰਦੇ ਦੀ ਮਤਲਬ ਹੁੰਦੀਆਂ ਹੀ ਨਹੀਂ ਯਾਰ ਉਹ ਇੰਨੀਆਂ ਔਖੀਆਂ ਜਿਹੜੀਆਂ ਨੇ ਡਿਗਰੀਆਂ ਲਈਆਂ ਆ। ਮੁੰਡਾ 7-8 ਸਾਲ ਦਾ ਹੀ ਆ, ਬੈਲਜੀਅਮ ਦਾ। ਆ ਦੇਖ ਲਓ ਐਵੇਂ ਨਹੀਂ ਮੀਡੀਆ ਇੰਨਾ ਇਕੱਠਾ ਹੋ ਗਈ ਇਹਦੇ ਪਿੱਛੇ ਪਿਆ। ਇਹ ਕਹਿੰਦਾ ਮੇਰਾ ਭਵਿੱਖ ਦਾ ਪਲੈਨ ਆ ਵੀ ਮੈਂ ਬੰਦੇ ਅਮਰ ਕਰਨੇ ਆ। ਚਲੋ ਠੀਕ ਆ, ਉਹ 'ਚ ਕਾਮਯਾਬ ਹੋਊਗਾ ਜਾਂ ਨਹੀਂ ਹੋਊਗਾ ਵੱਖਰੀ ਗੱਲ ਆ। 145 ਦਾ IQ ਆ ਇਹਦਾ, ਜਿੰਨਾ ਆਈਨਸਟਾਈਨ ਦਾ ਸੀ। ਇਹਨੂੰ ਫਿਊਚਰ ਦਾ ਆਈਨਸਟਾਈਨ ਕਿਹਾ ਜਾ ਰਿਹਾ ਆ, ਪੜ੍ਹ ਲਿਓ ਇਹਦੇ ਬਾਰੇ ਅਤੇ ਲੱਗ ਜੂ ਪਤਾ। ਸਹੀ ਹੈ ਨਾ, ਹੁਣ ਫਿਰ ਸਾਡੇ ਨਿਆਣਿਆਂ ਨੇ ਕਿੱਥੋਂ ਗਾਂਹ ਬਦਲਣਾ ਜਦੋਂ ਆਪਾਂ ਉਹਨੂੰ ਦਿਖਾਈ ਉਹੀ ਜਾਣਾ ਵੀ ਉਹ ਹੋ ਗਿਆ ਉਹ ਹੋ ਗਿਆ ਉਹ ਹੋ ਗਿਆ ਉਹ ਹੋ ਗਿਆ। ਆ ਜਿਹੜਾ ਦੇਸ਼ ਦੁਨੀਆ ਚਲਾਉਂਦਾ ਇਜ਼ਰਾਈਲ, ਜਿਹੜਾ ਅਮਰੀਕਾ ਨੂੰ ਵੀ ਚਲਾ ਰਿਹਾ, ਅਮਰੀਕਾ ਦੁਨੀਆ ਦੀ ਤਾਕਤ ਕਹਾਉਂਦਾ ਨਾ, ਅਮਰੀਕਾ ਨੂੰ ਵੀ ਇਹੀ ਚਲਾਉਂਦੇ ਆ। ਵਿਚਲੀਆਂ ਗੱਲਾਂ ਡੂੰਘੀਆਂ ਆ, ਚਲੋ ਉਹ ਛੱਡੋ। ਇਹ ਕਹਿੰਦੇ ਸਾਨੂੰ ਦੇ ਦਿਓ ਇਹ ਮੁੰਡਾ, ਲੋਰੈਂਸ ਸੈਮਨਸੀ ਦਾ ਨਾਂ ਆ, ਪੜ੍ਹ ਲਿਓ ਅਤੇ ਪੜ੍ਹ ਲਿਓ ਇਹਦੇ ਬਾਰੇ ਕੀ ਕਰਦਾ ਪਿਆ 7-8 ਸਾਲ ਦਾ। ਹੁਣ ਤਾਂ ਚਲੋ 11-10 ਸਾਲ ਦਾ ਹੋ ਗਿਆ ਹੋਣਾ। ਸਹੀ ਹੈ ਨਾ, ਸੋ ਇਹਨਾਂ ਬਾਰੇ ਤਾਂ ਆਪਣੇ ਮੀਡੀਆ ਨੇ ਦਿਖਾਉਣਾ ਹੀ ਨਹੀਂ, ਪਤਾ ਸਵਾਹ ਲੱਗੂ। ਆਪਣੇ ਨਿਆਣੇ ਵੀ ਤਾਂ ਹੀ ਇੰਸਪਾਇਰ ਹੋਣਗੇ ਵੀ ਬਈ ਯਾਰ ਉਹ ਜੇ ਬਈ ਇਹ ਬੰਦਾ 7-8 ਸਾਲ ਦੀ ਉਮਰ 'ਚ ਕਾਲਜ ਦੀ ਡਿਗਰੀ ਫਿਜ਼ਿਕਸ 'ਚ ਜਿਹੜੀ ਹੁੰਦੀ ਨਹੀਂ ਵੱਡਿਆਂ ਤੋਂ ਇਹਨੇ ਕਰ ਲਈ 7-8 ਦੀ ਸਾਲ ਦੀ ਉਮਰ 'ਚ, ਸਾਨੂੰ ਕੀ ਹੋਇਆ? ਅਤੇ ਬੰਦਾ ਇਹਨਾਂ ਚੀਜ਼ਾਂ ਤੋਂ ਹੀ ਪ੍ਰਭਾਵਿਤ ਹੁੰਦਾ, ਕਿਸੇ ਨੂੰ ਦੇਖ ਕੇ ਹੀ ਪ੍ਰਭਾਵਿਤ ਹੁੰਦਾ। ਜਦੋਂ ਤੁਹਾਨੂੰ ਕਿਸੇ ਨੇ ਚੀਜ਼ਾਂ ਦਿਖਾਉਣੀਆਂ ਹੀ ਨਹੀਂ, ਪ੍ਰਭਾਵਿਤ ਸਵਾਹ ਹੋਣਾ ਆ। ਸਾਨੂੰ ਤਾਂ ਉਹੀ ਯਾਰ ਪੰਜਾਬੀਆਂ ਨੂੰ ਸਮੱਤ ਬਖਸ਼ੋ ਹੈ ਨਾ, ਸਵਾਦ ਲੈਣ ਤੋਂ ਹਟ ਜਾਓ ਭਰਾਵੋ। ਹਰ ਇੱਕ ਦੇ ਘਰ 'ਚ ਇਹ ਭਾਣਾ ਵਰਤ ਸਕਦਾ, ਸਮਾਂ ਸਮਰੱਥ ਹੈ, ਕਿਸੇ ਦੇ ਘਰ 'ਚ ਵੀ ਇਹ ਭਾਣਾ ਵਰਤ ਸਕਦਾ। ਸਵਾਦ ਤੇ ਚਟਕਾਰੇ ਨਾ ਲਓ, ਸਵਾਦ ਤੇ ਚਟਕਾਰੇ। ਦੂਜੀ ਗੱਲ ਬਾਈ ਜੀ, ਜਿਹੜਾ ਮੁੰਡਾ ਮਰਿਆ ਗਲਤੀ ਉਹਦੀ ਵੀ ਆ, ਮੈਂ ਆਪਣੀ ਦੱਸਾਂ ਉਹਦੀ ਤਾਂ ਫਿਰ ਜਾਂ ਤਾਂ ਫਿਰ ਮੈਂ ਢੀਠਿਆ ਜਾਂ ਮੈਂ ਬਿਸ਼ਰਮਿਆ ਜਿਹੜਾ ਮੈਂ ਨਹੀਂ ਮਰਿਆ। 5-7 ਸਾਲ ਉਮਰ ਹੋਣੀ ਮੇਰੀ ਜਦੋਂ ਕਿਸੇ ਦੇ ਘਰ ਲੁੱਡੋ ਖਰੇ ਕੈਰਮ ਬੋਰਡ ਖੇਲਣ ਗਿਆ ਸੀ, ਕਹਿੰਦਾ ਭੱਜਾ ਸਾਲਿਆ ਅਸੀਂ ਕਨੇਡਾ ਵਾਲਿਆ, ਤੂੰ ਭੱਜਾ ਗਰੀਬਾਂ ਨੂੰ ਨਹੀਂ ਅਸੀਂ ਵਾੜਦੇ। ਮੈਂ ਤਾਂ ਫਿਰ ਉੱਦਣ ਹੀ ਮਰ ਜਾਂਦਾ, ਪੀਰ ਮੈਨੂੰ ਇੱਦਾਂ ਕਿਹਾ ਹੈ ਨਾ, ਮੈਂ ਤਾਂ ਫਿਰ ਉੱਦਣ ਹੀ ਮਰ ਜਾਂਦਾ। ਕਿਸੇ ਦੀ ਮਾਂ ਮੈਨੂੰ ਕਹਿੰਦੀ ਸੀ ਬਈ ਤੂੰ ਸਾਡੀ ਕੁੜੀ ਨਾਲ ਗੱਲਾਂ ਕਰਕੇ ਅਮਰੀਕਾ ਆਉਣਾ ਚਾਹੁੰਦਾ, ਕਨੇਡਾ ਵੀ ਆ ਗਿਆ ਅਮਰੀਕਾ ਵੀ ਆ ਗਿਆ ਹੈ ਨਾ। ਸੋ ਗਲਤੀ ਕਿਤੇ ਨਾ ਕਿਤੇ ਮੁੰਡੇ ਦੀ ਵੀ ਆ ਬਈ, ਕਰਕੇ ਦਿਖਾਉਂਦਾ ਅਗਲੀ ਨੂੰ ਹੈ ਨਾ, ਜੇ ਨਹੀਂ ਲੈ ਜਾਂਦੀ ਸੀ ਕੁਛ ਕਰਕੇ ਦਿਖਾਉਂਦਾ। ਸਹੀ ਹੈ ਨਾ, ਅਤੇ ਮੈਂ ਤਾਂ ਉੱਦਣ ਹੀ ਮਰ ਜਾਂਦਾ ਜਿੱਦਾਂ ਉਹਨੂੰ ਕਿਹਾ ਚੱਲ ਭੱਜ ਸਾਲਾ ਗਰੀਬ, ਤੈਨੂੰ ਨਹੀਂ ਆਪਾਂ ਖਲਾਉਂਦੇ ਆਪਾਂ ਕਨੇਡਾ ਵਾਲੇ ਹੈ ਨਾ। ਪਰ ਯਾਰ ਮਰਨਾ ਥੋੜ੍ਹਾ ਹੱਲ ਹੁੰਦਾ, ਅਤੇ ਮੈਂ ਤੁਹਾਨੂੰ ਸਟੋਰੀਆਂ ਆਪਣੀਆਂ ਸੁਣਾਉਂ ਫਿਰ, ਮੈਨੂੰ ਨਹੀਂ ਪਤਾ ਮੈਂ ਬਈ ਕੀ ਲਈ ਫਿਰਦਾ ਇਸ ਦਿਲ 'ਚ ਹੈ ਨਾ। ਸੋ ਭਰਾਵੋ ਮਰਨਾ ਨਹੀਂ ਕਿਸੇ ਮਸਲੇ ਦਾ ਹੱਲ ਹੁੰਦਾ ਹੈ ਨਾ। ਸੋ ਅੱਜ ਨਹੀਂ, ਕੱਲ੍ਹ ਨੂੰ ਨਹੀਂ, ਪਰਸੋਂ ਨੂੰ ਨਹੀਂ, 1-2 ਬਾਅਦ ਕੁੜੀ ਨੇ ਤਾਂ ਹੋਰ ਕਿਤੇ ਵਿਆਹ ਕਰਾ ਕੇ ਆਪਣਾ ਘਰ ਵਸਾ ਲੈਣਾ, ਤੁਸੀਂ ਵੀ ਸਾਰਿਆਂ ਨੇ ਭੁੱਲ ਜਾਣਾ 1-2 ਬਾਅਦ ਹੈ ਨਾ। ਜਿੱਦਾਂ ਅੱਗੇ ਤੁਸੀਂ ਉਹ ਪਾਇਆ ਸੀ ਰੌਲਾ, ਫਤਿਹ ਵੀਰ ਡਿੱਪਿਆ ਜੀ, ਚੱਕ ਲਓ ਰੱਖ ਲਓ ਜੀ ਹੈ ਨਾ। ਇਹ ਥੋੜ੍ਹਾ ਟਾਈਮ ਹੀ ਹੁੰਦਾ, 2-3 5-7 ਦਿਨ 1 ਫਿਰ ਤੁਹਾਡੇ ਕੋਲ ਹੋਰ ਮਸਲਾ ਆ ਜਾਣਾ, ਤੁਸੀਂ 1 ਉੱਤੇ ਚਟਕਾਰੇ ਲੈਣੇ ਹੈ ਨਾ। ਜਿੱਦਾਂ ਗੋਲ ਗੱਪੇ ਖਾਂਦੇ ਚਟਕਾਰੇ, ਸਵਾਦ ਇਹ ਸਵਾਦ ਆ, ਬਸ ਸਵਾਦ ਹੁੰਦੇ ਆ। ਕੋਈ ਜੀਭ ਦਾ ਸਵਾਦ ਹੁੰਦਾ, ਕੋਈ ਕੰਨਾਂ ਦਾ ਸਵਾਦ ਹੁੰਦਾ, ਕੋਈ ਬੁੱਲਾਂ, ਇਹ ਸਵਾਦ ਆ, ਤੁਸੀਂ ਸਵਾਦ ਲੈਂਦੇ ਆ। ਕੱਢਣ ਪਾਉਣ ਨੂੰ ਇਹ 'ਚ ਕੁਛ ਨਹੀਂ ਗਾ, ਕੁਛ ਨਹੀਂ ਇਹ 'ਚ ਕੱਢਣ ਪਾਉਣ ਨੂੰ ਹੈ ਨਾ।
ਸੋ ਕੋਈ ਸੱਚਾ ਹੋਵੇ ਕੋਈ ਝੂਠਾ ਹੋਵੇ ਹਨਾ ਸੋ ਜੇ ਤੁਸੀਂ ਜੇ ਤੁਹਾਨੂੰ ਇੰਨੀ ਹਮਦਰਦੀ ਆ ਕਿਸੇ ਸੱਚੇ ਜਾਂ ਝੂਠੇ ਨਾਲ ਕਿਸੇ ਮੁੰਡੇ ਦੇ ਮਰਨ ਨਾਲ ਫਿਰ ਉਸ ਗੱਲੇ ਨਾਲ ਹੀ ਕਿਉਂ ਪੁਆਇੰਟ ਫਿਰ ਇਹ ਆ ਜਾਂਦਾ ਵੀ ਚਲੋ ਠੀਕ ਆ ਤੁਹਾਨੂੰ ਹਮਦਰਦੀ ਆ ਤੁਸੀਂ ਸਵਾਦ ਨਹੀਂ ਲੈ ਰਹੇ ਤੁਹਾਨੂੰ ਕਿਸੇ ਮਾਂ ਦੇ ਪੁੱਤ ਦੀ ਮੌਤ ਦਾ ਦੁੱਖ ਆ ਓਕੇ ਸਹਿਮਤ ਆ ਇਹਦੇ ਨਾਲ ਫਿਰ ਉਹੀ ਗੱਲਾਂ ਮਰਿਆ ਹੋਰ ਮਰਦੇ ਨਹੀਂ ਗੇ ਤੁਹਾਨੂੰ ਹੋਰ ਮੈਂ ਲਿਸਟਾਂ ਦੇ ਦਿੰਦਾ ਜਿਹੜੇ ਮਰੇ ਸੀ ਮਰਨੇ ਆ ਫਿਰ ਉਹਨਾਂ 'ਤੇ ਵੀ ਕਰਿਓ ਕੁਛ ਹੈ ਨਾ ਸਵਾਦ ਤਾਂ ਫਿਰ ਆਉਂਦਾ ਗੱਲ ਭਾਈ ਜੀ ਮੁੱਕਦੀ ਇੱਥੇ ਆ ਮੀਡੀਆ 99% ਆਪਣੇ ਵਿਊ ਦੇ ਚੱਕਰ 'ਚ ਕਦੀ ਉਹਨੂੰ ਫੜ ਲੈਂਦਾ ਕਦੀ ਗਾਂਹ ਦੀ ਗਾਂਹ ਪਤਾ ਨਹੀਂ ਕਿਹੜੇ ਚਾਚੇ ਦੇ ਚਾਚੇ ਦੇ ਚਾਚੇ ਨੂੰ ਫੜ ਲੈਂਦਾ ਇਹ ਨਹੀਂ ਕੁਛ ਨਾ ਕੁਛ ਕੱਢੀ ਜਾਣਾ ਹੈ ਨਾ ਹੁਣ 2019 ਦਾ ਸੁਸਾਈਡ ਲੈਟਰ ਲਿਆਂਦਾ ਸੋ ਇਹ ਨਹੀਂ ਕੱਢੀ ਜਾਣਾ ਇਹ ਮਸਲੇ ਨੂੰ ਨਹੀਂ ਲੰਮਾ ਖਿੱਚੀ ਜਾਣਾ ਬਸ ਸਿੱਧੀ ਜੀ ਗੱਲ ਆ ਅਤੇ ਤੁਸੀਂ ਵੀ ਸਵਾਦ ਲਈ ਜਾਣੇ ਆ ਜਦ ਤੱਕ ਉਹਨਾਂ ਨੂੰ ਵਿਊ ਆਉਂਦੇ ਇਹ ਨਹੀਂ ਮੁੱਕਣਾ ਭਰਾਵੋ ਅਤੇ ਭੈਣੋ ਸਹੀ ਆ ਨਾ ਸੋ ਹੋਰ ਪਾਸੇ ਆਪਣਾ ਦਿਮਾਗ ਲਾਓ ਮਰਜ਼ੀ ਵੀ ਤੁਹਾਡੀ ਆ ਸਮਾਂ ਵੀ ਤੁਹਾਡਾ ਹੈ ਨਾ ਸੋ ਹਰ ਇੱਕ ਕੋਲ ਉਹੀ 24 ਘੰਟੇ ਹੀ ਹੁੰਦੇ ਆ ਜਿਹੜਾ ਦੁਨੀਆ ਦਾ ਪਹਿਲੇ ਨੰਬਰ ਦਾ ਅਮੀਰ ਆ ਉਹ ਕੋਲ ਵੀ 24 ਘੰਟੇ ਆ ਸਾਡੇ ਕੋਲ ਵੀ 24 ਘੰਟੇ ਹੀ ਆ ਹੈ ਨਾ ਸੋ ਇਹਨੂੰ ਕਿੱਧਰ ਆਪਾਂ ਯੂਟੀਲਾਈਜ਼ ਕਰਨਾ ਉਹ ਸਾਡੇ 'ਤੇ ਡਿਪੈਂਡ ਆ ਸੋ ਹੱਥ ਜੋੜ ਕੇ ਬੇਨਤੀ ਆ ਅਤੇ ਬਾਕੀ ਦੱਸ ਦਿਓ ਜਿੰਨੀ ਕੁ ਤੁਸੀਂ ਜਸੂਸੀ ਕੀਤੀ ਆ ਵੀ ਕੌਣ ਸੱਚਾ ਆ ਕੌਣ ਝੂਠਾ ਹੈ ਨਾ ਅਤੇ ਬਾਕੀ ਉਹੀ ਮੈਂ ਤਾਂ ਕੱਲ੍ਹ ਕੁੜੀ ਦੀ ਇੰਟਰਵਿਊ ਸੁਣੀ ਆ ਅਤੇ ਉਹ ਤਾਂ ਬਸ ਉਹਦਾ ਹੀ ਪੱਖ ਪੂਰ ਰਹੇ ਸੀਗੇ ਇੰਟਰਵਿਊ ਵਾਲੇ ਹੈ ਨਾ ਵੀ ਉਹਨੂੰ ਸੱਚੀ ਦਿਖਾ ਰਹੇ ਸੀ ਤਾਂ ਜੋ ਇਹ ਮਤਲਬ ਲੁਕਣ ਮਚਾਈ ਜੀ ਚੱਲੀ ਜਾਵੇ ਹੈ ਨਾ ਅਤੇ ਭਰਾਵੋ ਪਤਾ ਨਹੀਂ ਕੌਣ ਝੂਠਾ ਕੌਣ ਸੱਚਾ ਟਾਈਮ ਨੇ ਦੱਸ ਦੇਣਾ ਹਾਂ ਸੋ ਡਿਪੋਰਟ ਨਹੀਂ ਉਹ ਹੁੰਦੀ ਇੱਦਾਂ ਨਹੀਂ ਕੋਈ ਡਿਪੋਰਟ ਹੁੰਦਾ ਅਤੇ ਬਾਕੀ ਰਹੀ ਗੱਲ ਕੁੜੀ ਦੀਆਂ ਵਿੱਚੋਂ ਕਈ ਗੱਲਾਂ ਮੈਨੂੰ ਉਹ ਲੱਗੀਆਂ ਹੈ ਨਾ ਵੀ ਜੇ ਤੈਨੂੰ ਧਮਕੀਆਂ ਆਉਂਦੀਆਂ ਨੰਬਰ ਬੰਦੇ ਆ ਉਸ ਲਈ ਚੇਂਜ ਕਰ ਲੈਂਦਾ ਨੰਬਰ ਚੇਂਜ ਕਰਨ ਨੂੰ ਕਿਹੜਾ ਇੱਥੇ ਬਰੇ ਲੱਗਦੇ ਆ $5 ਦੀ ਤਾਂ ਸਿਮ ਮਿਲ ਜਾਂਦੀ ਆ ਪਤਾ ਨਹੀਂ ਭਰਾਵੋ ਆਪਾਂ ਕੀ ਲੈਣਾ ਦੇਣਾ ਮੈਂ ਨਹੀਂ ਇੰਨਾ ਡੀਪਲੀ ਨਾ ਮੈਂ ਕੋਈ ਦੇਖੀ ਮੇਰੇ ਸਾਹਮਣੇ ਉਹ ਗੱਲ ਵੀਡੀਓ ਆ ਗਈ ਅਤੇ ਉਹਦਾ ਮੈਂ ਦੱਸਤਾ ਹੈ ਨਾ ਅਤੇ ਬਾਕੀ ਤੁਸੀਂ ਦੱਸ ਦਿਓ ਜਿੰਨੀ ਵੀ ਤੁਸੀਂ ਜਸੂਸੀ ਕੀਤੀ ਆ ਕੌਣ ਸੱਚਾ ਆ ਅਤੇ ਕੌਣ ਝੂਠਾ ਚਲੋ ਕਮੈਂਟ ਪੜ੍ਹਦੇ ਹਾਂ ਵਿਚਾਰ ਜ਼ਰੂਰ ਦਿਓ ਇਹਦੇ ਬਾਰੇ ਬਈ ਨਾ ਇਸ ਮਸਲੇ ਨੂੰ ਇੱਦਾਂ ਕਰੋ ਬਹੁਤ ਹਜ਼ਾਰਾਂ ਦੇ ਹਿਸਾਬ ਨਾਲ ਧੀਆਂ ਵੀ ਆ ਜਿਨ੍ਹਾਂ ਨੂੰ ਛੱਡਿਆ ਆ ਉਹਨਾਂ ਦੇ ਘਰ ਵਾਲਿਆਂ ਨੇ ਪੱਕੇ ਹੋ ਕੇ ਅਤੇ ਹੈ ਨਾ ਉਹ ਵਿਚਾਰੀਆਂ ਦੁੱਖ ਭੋਗ ਰਹੀਆਂ ਆ ਅਤੇ ਨਿਆਣੇ ਛੋਟੇ ਛੋਟੇ ਲੈ ਕੇ ਉਹ ਕਿੱਧਰ ਜਾਣ ਉਹਨਾਂ ਦਾ ਵੀ ਸੋਚੋ ਹੈ ਨਾ ਸਹੀ ਆ ਨਾ ਅਤੇ ਜੇ ਦਰਦੀ ਬਣਨਾ ਤਾਂ ਸਭ 'ਤੇ ਹਮਦਰਦ ਬਣੋ ਨਹੀਂ ਤਾਂ ਆਪਣਾ ਬਸ ਸਾਨੂੰ ਕੀ ਉਹ ਰੱਖ ਲਓ ਹੈ ਨਾ ਅਤੇ ਬਾਕੀ ਕਮੈਂਟ ਕਰਿਓ ਜੋ ਵੀ ਤੁਹਾਡੇ ਵਿਚਾਰ ਆ ਜਿੱਦਾਂ ਵੀ ਆ ਹੈ ਨਾ ਅਤੇ ਭਰਾਵੋ ਅਤੇ ਬਾਕੀ ਅੱਜ ਸ਼ਾਮ ਨੂੰ 7 ਵਜੇ ਹੋਲੈਂਡ ਪਾਰਕ 'ਚ ਕਿਸਾਨਾਂ ਦੇ ਲਈ ਸਲੀਪ ਆਊਟ ਆ ਜਿੱਦਾਂ ਬਈ ਭਾਰਤੀ ਅੰਬੈਸੀ ਦੇ ਅੱਗੇ ਵੈਨਕੂਵਰ 'ਚ 28 ਫਰਵਰੀ ਨੂੰ ਮੇਰਾ ਜਨਮ ਦਿਨ ਮੈਂ ਉਦਣ ਵੀ ਸੁੱਤਾ ਸੀ ਅਤੇ ਇੱਕ ਦਿਨ ਹੋਰ ਉਦੋਂ ਤਾਂ ਸਿਆਲ ਸੀਗੇ ਚਲੋ ਹੁਣ ਤਾਂ ਮੌਸਮ ਠੀਕ ਆ ਅੱਜ ਤਾਂ ਠੰਡ ਆ ਬਾਹਰ ਉੱਦਾਂ ਵੀ ਇੱਥੇ ਨਹੀਂ ਗਰਮੀ ਪੈਂਦੀ ਸਰੀ 'ਚ ਅਤੇ 7 ਵਜੇ ਹੋਲੈਂਡ ਪਾਰਕ 'ਚ ਅੱਜ ਸਲੀਪ ਆਊਟ ਆ ਉੱਥੇ ਜਾ ਕੇ ਸ਼ਾਮ ਨੂੰ ਲਾਈਵ ਕਰੂੰਗਾ ਅਤੇ ਜੇ ਕੋਈ ਵੀਰ ਭਰਾ ਉੱਥੇ ਜਾ ਕੇ ਸੋਣਾ ਚਾਹੁੰਦਾ ਰਾਤ ਨੂੰ ਆ ਜਾਇਓ ਹੋਲੈਂਡ ਪਾਰਕ ਹੈ ਨਾ ਮੈਂ ਵੀ ਦੇਖੂੰਗਾ ਕੀ ਹਿਸਾਬ ਦਾ ਵਾ ਸੌ ਜਾਊਂਗੇ ਉੱਥੇ ਹੈ ਨਾ ਆਪਾਂ ਨੂੰ ਕੀ ਆ ਅਤੇ ਬਾਕੀ ਮਿਲਦੇ ਹਾਂ ਜੀ ਹੋਲੈਂਡ ਪਾਰਕ ਸ਼ਾਮ ਨੂੰ 7 ਵਜੇ ਅਤੇ ਬਾਕੀ ਪਤਾ ਤੁਹਾਨੂੰ ਅਤੇ ਕਮੈਂਟ ਜ਼ਰੂਰ ਕਰਿਓ ਆਪਣੇ ਵਿਚਾਰ ਜ਼ਰੂਰ ਦਿਓ ਇਸ ਮਸਲੇ ਦੇ ਵੀ ਤੁਹਾਡਾ ਕੀ ਸੋਚਣਾ ਵੀ ਜੋ ਵੀ ਚੱਲ ਰਿਹਾ ਸਾਡੇ ਪੰਜਾਬ 'ਚ ਵੀ ਇਹਦਾ ਕੀ ਉਹ ਆ ਹੈ ਨਾ ਵੀ ਮਤਲਬ ਵੀ ਕਿਉਂ ਆਪਾਂ ਕੀ ਹੈ ਨਾ ਜੋ ਵੀ ਆ ਜਾਂ ਤਾਂ ਦੱਸਣਾ ਵੀ ਕੌਣ ਸੱਚਾ ਕੌਣ ਝੂਠਾ ਉਹ ਵੀ ਲਿਖ ਦਿਓ ਜਾਂ ਹੋਰ ਪਈ ਯਾਰ ਵੀ ਕੀ ਚੱਲੀ ਜਾਂਦਾ ਜੋ ਵੀ ਤੁਹਾਡੇ ਦਿਲ 'ਚ ਆ ਵੀ ਇਹ ਜਿਹੜਾ ਮਸਲਾ ਚੱਲ ਰਿਹਾ ਇਹਦੇ ਰਿਲੇਟ ਵੀ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਹੋ ਸਕਦਾ ਹੈ ਨਾ ਵੀ ਕੀ ਕਰੀਏ ਯਾਰ ਮੇਰਾ ਤਾਂ ਸਿਰ ਦੁਖਣ ਲੱਗ ਪੈਂਦਾ ਆ ਵੀ ਹੈ ਨਾ ਦੇਖ ਕੇ ਵੀ ਹੈ ਨਾ ਆਪਣੇ ਲੋਕਾਂ ਵੱਲ ਵੀ ਕਿਉਂ ਹੈ ਨਾ ਸੋ ਬਾਕੀ ਜਾਂਦੇ ਜਾਂਦੇ ਆਪਣੀ ਵੀ ਐਡ ਕਰ ਲਈਏ ਮੜ ਜੀ ਹੈ ਨਾ ਚਲੋ ਕਰਦੇ ਤਾਂ ਹੈ ਨਹੀਂ ਤੁਸੀਂ ਕਲਿੱਕਾਂ ਕਹਿਣਾ ਸਾਡਾ ਫਰਜ਼ ਆ ਅਤੇ ਲਿੰਕ ਪਾ ਦੇਣਾ ਜੇ ਲਿੰਕ ਨਾ ਖੁੱਲਿਆ ਗੂਗਲ 'ਤੇ hindireadio.ca ਕਲਿੱਕ ਕਰਕੇ ਇੱਕ ਸਿਰੇ 'ਤੇ ਐਡ ਆਉਂਦੀ ਆ ਇੱਕ ਆ ਮੇਰੇ ਸਿਰ ਦੇ ਉੱਤੇ ਐਡ ਆਉਂਦੀ ਆ ਹੈ ਨਾ ਅਤੇ ਇਹਨਾਂ ਨੂੰ ਕਲਿੱਕ ਕਰਕੇ ਬੈਕ ਆ ਜਾਣਾ ਹੁੰਦਾ ਨਾ ਤੁਸੀਂ ਭਰਾਵੋ ਕੁਛ ਖਰੀਦਣਾ ਨਾ ਵੇਚਣਾ ਹੈ ਨਾ ਤੁਹਾਡਾ ਟਾਈਮ ਖਰਾਬ ਹੋਣਾ ਨਾ ਤੁਹਾਡਾ ਕੀ ਕਹਿੰਦੇ ਹੁੰਦੇ ਆ ਡਾਟਾ ਖਰਾਬ ਹੋਣਾ ਸੋ ਇਹਨਾਂ ਦੋਨਾਂ ਐਡਾਂ ਨੂੰ ਕਲਿੱਕ ਕਰ ਲਿਆ ਕਰੋ ਚਲੋ ਬਹਾਨੇ ਨਾਲ ਮੈਂ ਵੀ ਕਰ ਲਈਆਂ ਇੰਨਾ ਕੰਮ ਆ ਉਹ ਜਦੋਂ ਧਾਰੀ ਜੀ ਸਿਰੇ 'ਤੇ ਪਹੁੰਚ ਜਾਣੀ ਅਗਲਿਆਂ ਦੀ ਵੈਬਸਾਈਟ ਖੁੱਲ੍ਹ ਗਈ ਚਾਲ ਜੀ ਅਤੇ ਮੜ ਜਾ ਦੇਖ ਕੇ ਬੈਗ ਫਿਰ ਹਿੰਦੀ ਰੇਡੀਓ 'ਤੇ ਇੰਨਾ ਕੰਮ ਆ ਜੀ ਕਰ ਦਿਆ ਕਰੋ ਲਿੰਕ ਪਾ ਦਿੰਦਾ ਅਤੇ ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਸਤਿ ਸ਼੍ਰੀ ਅਕਾਲ ਭੇਡਾਂ ਦਾ ਘਾਲ ਇੰਦਰਜੀਤ ਸਿੰਘ ਜਸਵਾਲ ਪਿੰਡ ਨਰੂੜ ਵਾਲਾ ਮੁੰਡਾ ਡੱਬਿਆਂ ਦਾ ਅਤੇ ਦੱਸਿਓ ਵਿਚਾਰ ਜ਼ਰੂਰ ਦਿਓ ਵਿਹਲਾ ਹੀ ਆ ਸਾਰਿਆਂ ਦੇ ਵਿਚਾਰ ਪੜ੍ਹਦਾ ਤੁਹਾਡਾ ਕੀ ਕਹਿਣਾ ਇਸ ਬਾਰੇ ਹੈ ਨਾ ਅਤੇ ਬਾਕੀ ਕੁੜੀ ਕਹਿੰਦੇ ਸੀ ਮੇਰੇ ਨਾਲ ਸੰਪਰਕ ਕਰਕੇ ਆਪਣਾ ਪੱਖ ਰੱਖਣਾ ਚਾਹੁੰਦੀ ਕਰ ਸਕਦੀ ਆ ਬਾਈ ਜੀ ਆਪਣੇ ਤਾਂ ਜੋ ਦਿਲ 'ਚ ਸਵਾਲ ਆਏ ਆਪਾਂ ਤਾਂ ਗਿੱਡੇ ਗਿੱਟੇ ਗੋਡੇ ਮਾਰਨੇ ਆ ਹੈ ਨਾ
ਜੋ ਵੀ ਆ ਹਨਾ ਆਪਾਂ ਉਸ ਪੱਤਰਕਾਰ ਜੀ ਵਾਂਗ ਤੁਹਾਨੂੰ ਸੱਚਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਹਨਾ ਜੋ ਵੀ ਲੋਕਾਂ ਦੇ ਸਵਾਲ ਆਪਾਂ ਤੋਂ ਪੁੱਛਣੇ ਆ ਜੇ ਨਹੀਂ ਵੀ ਸੰਪਰਕ ਕਰਨਾ ਤਾਂ ਵੀ ਕੋਈ ਨਹੀਂ ਹਨਾ ਆਪਣੇ ਵਿਊ ਠੀਕ ਵਧੀਆ ਆਈ ਜਾਂਦੇ ਆ ਸਾਡੇ ਕੋਲ ਕੰਟੈਂਟ ਅੱਗ ਲਾਇਆ ਨਹੀਂ ਮੁੱਕਣਾ ਸਾਨੂੰ ਨਹੀਂ ਲੋੜ ਇੱਦਾਂ ਦੇ ਮਸਲਿਆਂ ਦੀ ਵੈਸੇ ਮੈਂ ਦੱਸਣਾ ਚਾਹੁੰਦਾ ਵੀ ਭਰਾਵੋ ਹੋਰ ਕੁਛ ਦੇਖ ਲਓ ਜਾਂ ਕਰ ਲਓ ਹਨਾ ਤੇ ਬਾਕੀ ਕਮੈਂਟ ਜ਼ਰੂਰ ਕਰਿਓ ਸਾਰਿਆਂ ਦੇ ਕਮੈਂਟ ਪੜ੍ਹਦਾ ਵੀ ਤੁਹਾਡਾ ਕੀ ਕਹਿਣਾ ਜੋ ਚੱਲ ਰਿਹਾ ਹਨਾ ਸਾਰਿਆਂ ਸਤਿ ਸ੍ਰੀ ਅਕਾਲ ਭੇਡਾਂ ਦਾ ਕਾਲ ਇੰਦੀ ਜਸਵਾਲ ਲਿੰਕ ਤੇ ਕਲਿੱਕ ਕਰ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ ਅਡੀਓਸ।